ਤੋ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਤੁਹਾਡੀ ਆਪਣੀ ਪੰਜਾਬੀ ਚੈਨਲ ਹਿੰਦ ਪੰਜਾਬ ਤੇ ਸਵਾਗਤ ਹੈ ਤੇ ਮੈਂ ਬਲਦੀਪ ਪਰਮਾਰ ਹਾਜ਼ਰ ਹਾਂ ਅੱਜ ਦੀਆਂ ਕੁਝ ਚੌਣਵੀਆਂ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਹੋਲੀ ਦੇ ਦਿਵਸ ਤੇ ਤਿਉਹਰ ਤੇ ਬੜੀ ਜਗਾ ਤੇ ਨੌਜਵਾਨਾਂ ਨੇ ਹੁੱਲੜਬਾਜ਼ੀਆਂ ਕੀਤੀਆਂ ਤੇ ਪੰਜਾਬ ਪੁਲਿਸ ਨੂੰ ਐਕਸ਼ਨ ਲੈਣਾ ਪਿਆ ਚੰਗੀ ਗੱਲ ਇਹ ਹੈ ਕਿ ਪੁਲਿਸ ਨੇ ਕੋਈ ਜ਼ੋਰ ਅਯੋਜਾਸ਼ ਨਹੀਂ ਕੀਤੀ ਬਲਕਿ ਇਹ ਨਾ ਨੌਜਵਾਨਾਂ ਨੂੰ ਫੜ ਕੇ ਥਾਣੇ ਬਿਠਾ ਲਿਆ ਤੇ ਬਾਅਦ ਵਿੱਚ ਉਹਨਾਂ ਦੇ ਮਾਪਿਓ ਨੂੰ ਬੁਲਾ ਕੇ ਉਹਨਾਂ ਦੇ ਹਵਾਲੇ ਕੀਤਾ ਗਿਆ ਤੇ ਨਾਲ ਵਾਰਨਿੰਗ ਦਿੱਤੀ ਗਈ ਸਮਝਾਇਆ ਗਿਆ ਉਹ ਗੱਲ ਕਰਾਂਗੇ ਤੇ ਨਾਲ ਦੂਸਰੀ ਵੱਡੀ ਖਬਰ ਕੀ ਆਮ ਆਦਮੀ ਪਾਰਟੀ ਦਾ ਨੈਸ਼ਨਲ ਸਟੇਟਸ ਆ ਰਹਾ ਤੇ ਹੋ ਸਕਦਾ ਹੈ ਇਦੇ ਸ਼ਾਰੀ ਵੀ ਦਿੱਲੀ ਤੋਂ ਆਉਣੇ ਸ਼ੁਰੂ ਹੋ ਗਏ ਨੇ ਤੇ ਤੀਸਰੀ ਗੱਲ ਬਟੰਡਾ ਤੋਂ ਇੱਕ ਆਪਣੇ ਆਪ ਨੂੰ ਸ਼ਿਫਟਾਣਾ ਪਾਰਟੀ ਦੀ ਸੂਬਾ ਪ੍ਰਧਾਨ ਕਹਿਣ ਵਾਲੀ ਔਰਤ ਨੇ ਪੁਲਿਸ ਵਾਲਿਆਂ ਨਾਲ ਬਦਸਲੂਕੀ ਕੀਤੀ ਉਹ ਵੀਡੀਓ ਬਹੁਤ ਬੁਰੀ ਤਰ੍ਹਾਂ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਕਿ ਪੁਲਿਸ ਵਾਲਿਆਂ ਨੂੰ ਅਗਰ ਤੁਸੀਂ ਸੀਟ ਬੈਲਟ ਨਹੀਂ ਲਾਈ ਜਾਂ ਹੋਰ ਕੋਈ ਡਰਾਈਵਿੰਗ ਦੇ ਕਾਨੂੰਨਾ ਦੀ ਉਲੰਘਣਾ ਕਰ ਰਹੇ ਹੋ ਤਾਂ ਕੀ ਤੁਹਾਨੂੰ ਰੋਕਣਾ ਤੇ ਚਰਾਨ ਕਰਨਾ ਕੋਈ ਗੁਨਾਹ ਹੈ ਇਹਨਾਂ ਗੱਲਾਂ ਤੇ ਜ਼ਿਕਰ ਕਰਾਂ ਦੇ ਨਾਲ ਦੀ ਨਾਲ ਹਿਮਾਚਲ ਪ੍ਰਦੇਸ਼ ਵਿੱਚ ਪੰਜਾਬੀਆਂ ਦਾ ਸਬਰ ਕਰਨਾ ਖਤਰੇ ਨਾਲ ਭਰਿਆ ਨਜ਼ਰ ਆਉਂਦਾ ਇੱਕ ਨਵੀਂ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਿਹਾ ਗਿਆ ਕਿ ਕੁਝ ਨਿਹੰਗ ਸਿੰਘਾਂ ਨਾਲ ਹਿਮਾਚਲ ਚ ਬਦਸਲੂਕੀ ਕੀਤੀ ਗਈ ਇਹ ਵੀ ਚੰਤ ਆ ਦਾ ਵਿਸ਼ਾ ਹੈ ਤੇ ਨਾਲ ਉਹ ਜਿਹੋ ਜੀਆਂ ਗੱਲਾਂ ਪੰਜਾਬ ਨਾਲ ਜੁੜੀਆਂ ਉਹ ਵੀ ਤੁਹਾਡੇ ਨਾਲ ਸਾਧੀਆਂ ਕਰਾਂਗੇ ਅੱਜ ਅਸੀਂ ਕੋਈ ਕੂਨ ਖਰਾਬੇ ਕਤਲ ਉਗਾਰੇ ਦੰਦਰ ਵਰਲਡ ਗੈਂਗਸਟਰism ਉਹਦੀ ਗੱਲ ਨਹੀਂ ਕਰਾਂਗੇ ਅੱਜ ਇੱਕ بڑا پاک ਪਵਿੱਤਰ ਮੁਕੱਦਸ ਦਿਨ ਹੈ ਨੇਕੀ ਦੀ ਬਦੀ ਤੇ ਜਿੱਤ ਦਾ ਦਿਨ ਹੈ ਉਹਲਾ ਮਹੱਲਾ ਪਰ ਅਜਾ ਕੇ ਲੋਕਾਂ ਲਈ ਇੱਕ ਵੱਖਰਾ ਸੰਧਾਰ ਬਿਲਾ ਕੇ ਆਉਂਦਾ ਜਿਹੜਾ ਖੁਸ਼ੀਆਂ ਉਹਲਹਾਸ ਦੇ ਤਦਾ ਪ੍ਰਤੀਕ ਹੈ ਉਥੇ ਅੱਗੇ ਚੰਗੀਆਂ ਗੱਲਾਂ ਕਰੀਏ ਤਾਂ ਉਹੀ ਚੰਗਾ ਹੋਏਗਾ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਪੰਜਾਬ ਦੇ ਅੱਡ ਅੱਡ ਸ਼ਹਿਰਾਂ ਚ ਅੱਜ ਨੌ ਜਵਾਨਾਂ ਨੇ ਨਸ਼ੇ ਵਿੱਚ ਕਹਿ ਲੋ ਜਾਂ ਰੰਗਾਂ ਚ ਬਹਿਕ ਗਏ ਕਹਿ ਲੋ ਉਹਨਾਂ ਨੇ ਬੜੀਆਂ ਹੁਲੜਬਾਦੀਆਂ ਕੀਤੀਆਂ ਸਭ ਤੋਂ ਜ਼ਿਆਦਾ ਡਰਾਮਾ ਜੋ ਵਾਇਰਲ ਹੋ ਰਿਹਾ ਸੀ ਸੋਸ਼ਲ ਮੀਡੀਆ ਤੇ ਉਹ ਮਹਾਲੀ ਦੇ 32 B ਮਾਰਕੀਟ ਦਾ ਜਿਹਨੂੰ ਫੇਰੀ ਮਾਰਕੀਟ ਵੀ ਕਹਿ ਦਿੰਦੇ ਆ ਉੱਥੇ ਲੋਕ 라ਉਂ ਲਾਉਂ ਆਉਂਦੇ ਆ ਚੱਕਰ ਮਾਰਨ ਆਉਂਦੇ ਆ ਨੌਜਵਾਨਾਂ ਦੇ ਚੁੰਡ ਦੇ ਚੁੰਡ ਉਲੀਨਾਂ ਦੇ ਕਾਪਲੇ ਤੇ ਨਾਲ ਫੈਮਿਲੀ ਵਾਲਿਆਂ ਦੇ ਪੂਰੇ ਦੇ ਪੂਰੇ ਟੱਬਰ 5 ਸਾਲ ਤੋਂ ਲੈ ਕੇ 60 70 ਸਾਲ ਤੱਕ ਦੇ ਲੋਕ ਰੋਜ਼ ਸ਼ਾਮ ਨੂੰ ਉਥੇ ਮੇਲਾ ਲੱਗਿਆ ਹੁੰਦਾ ਉਦੋਂ ਅੱਜ ਮਾਰਕੀਟ ਬੰਦ ਸੀ ਪਰ ਆਉਣ ਵਾਲਿਆਂ ਦਾ ਤੰਤਾ ਬਾਕੀ ਦਿਨਾਂ ਨਾਲੋਂ ਵੀ ਜ਼ਿਆਦਾ ਸੀ ਔਰ ਆਲਟੀਮੇਟਲੀ ਕਿਤੇ ਕੋਈ ਝਗੜਾ ਨਾ ਹੋਵੇ ਕੋਈ ਹੋਨ ਕਰਾਬਾ ਨਾ ਹੋਵੇ ਕੋਈ ਝੜਪ ਨਾ ਹੋਵੇ ਕੋਈ ਮਾਰਾ ਮਾਰੀ ਨਾ ਹੋਵੇ ਪੁਲਿਸ ਨੂੰ ਐਂਟਰੀ ਰੈਗੂਲੇਟ ਕਰਨੀ ਪਈ ਮਟੌਰ ਪੁਲਿਸ ਸਟੇਸ਼ਨ ਜਿਹਦੇ ਅੰਡਰ ਏਰੀਆ ਦਾ ਉਹਨਾਂ ਨੇ ਤਿੰਨੇ ਚਾਰੇ ਐਂਟਰੀ ਔਰ ਐਕਸੈਸ ਪੁਆਇੰਟ ਜਿਹੜੇ ਸੀ ਉਹ ਰੈਗੂਲੇਟ ਕੀਤੇ ਬੰਦ ਕਰਤੇ ਗੱਡੀਆਂ ਦੇ ਅੰਦਰ ਦੇਖ ਕੇ ਫੈਮਲੀ ਹੈ ਕੌਣ ਹੈ ਫਿਰ ਕਾਰ ਅੰਦਰ ਅਲਾਉਟ ਕਰਦੇ ਸੀ ਤੇ ਨਾਲ ਹੀ ਬਹੁਤ ਤਕੜਾ ਬੰਦੋਬਸਤ ਉੱਤੇ ਕੀਤਾ ਗਿਆ ਜਿੱਤੇ ਖੁਦ ਮਟਰ ਪੁਲਿਸ ਸਟੇਸ਼ਨ ਦੇ ਐਸਐਚਓ ਨਾਂ ਵੀ ਉਹਨਾਂ ਦਾ ਬੜਾ ਵਧੀਆ ਗੱਬਰ ਸਿੰਘ ਮੈਨੂੰ ਲੱਗਦਾ ਕਿ ਸ਼ਾਇਦ ਉਹਨਾਂ ਦਾ ਤਨਮੋਹਨਾ ਕਿ ਨਾ ਕਿਤੇ ਹੋਇਆ ਹੋਣਾ ਜਦੋਂ ਸ਼ੋਲੇ ਫਿਲਮ ਆਈ ਤੇ ਉੱਚ ਗੱਬਰ ਸਿੰਘ ਦਾ ਕਰੈਕਟਰ ਸੀ ਇਨੀ ਕੋਮਰੀ ਲੱਗਦੀ ਆ ਉਹਨਾਂ ਦੀ ਪਰ ਉਹਨਾਂ ਨੇ ਬੜੀਆਂ ਚੱਗਾ ਚੱਗੀਆਂ ਗੱਲਾਂ ਕੀਤੀਆਂ ਉਹਨਾਂ ਨੇ ਕਿਹਾ ਕਿ ਸਾਡਾ ਮਕਸਦ ਕਿਸੇ ਨੂੰ ਕੁਟਮਾਰ ਕਰਨਾ ਜਾਂ ਕਿਸੇ ਦੇ ਰੰਗ ਵਿੱਚ ਭੱਗ ਪੌਣਾ ਨਹੀਂ ਹੈ ਇਹ ਰੰਗਾਂ ਦਾ ਤਿਉਹਾਰ ਹੈ ਉਹਨੂੰ ਉੱਚੇ ਤਰ੍ਹਾਂ ਕੁਛੀਆਂ ਦਾ ਲੋਹਾਸਣਾ ਮੜਾਓ ਪਰ ਦੁਦਿਆਂ ਨੂੰ ਤੱਗ ਕਰਨ ਦਾ ਮੌਕਾ ਕਿਸੇ ਨੂੰ ਨਹੀਂ ਦਿੱਤਾ ਜਾਊਗਾ ਜਦੋਂ ਕਿਸੇ ਨੇ ਪੁੱਛਿਆ ਕਿ ਤੁਸੀਂ ਇਹ ਢਾਂਗਾ ਸੋਟੀਆਂ ਲੈ ਕੇ ਕਿਉਂ ਆਏ ਹੋ ਉਹ ਕਹਿੰਦੇ ਇਹ ਸਿਰਫ ਦਿਖਾਉਣ ਲਈ ਨੇ ਇਹ ਕਿ ਜਿਹੜੋ ਕੁੱਟਣ ਲਈ ਨਹੀਂਓ ਬਾਕੀ ਕਿਚਨ ਡਾਂਡਾ ਨਹੀਂ ਮਾਰੇ ਆਉ ਨਾਲ ਪਰ ਪੁਲਿਸ ਤੇ ਹੱਥ ਵਿੱਚ ਡੰਡਾ ਜਿਹੜਾ ਹੁੰਦਾ ਇਹ ਆਪਣੇ ਆਪ ਚੱਕ ਪਰ ਵੀ ਹੁੰਦਾ ਕਿ ਦੇ ਤੁਸੀਂ ਕੋਈ ਗਲਤੀ ਕੀਤੀ ਫੇਰ ਡੰਡਾ ਹੀ ਨਹੀਂ ਦੇਖਦਾ ਉਹਨੇ ਕਿੱਥੇ ਲੱਗਣਾ ਬੜੇ ਮੁੰਡੇ ਸ਼ਰਾਰਤੀ ਉਹ ਜਦੋਂ ਹੜਕਮ ਕਰਦੇ ਸੀ ਤੋਂ ਉਹਨਾਂ ਨੂੰ ਜਦੋਂ ਪੁਲਿਸ ਪਿੱਛੇ ਗਈ ਤਾਂ ਭੱਜਣਾ ਪਿਆ ਕੁਪਾਰ ਕਾਂਟ ਵੜ ਗਿਆ ਕਿਤੇ ਵੜਿਆ ਪੁਲੀਸ ਵਾਲੇ ਪਿੱਛੇ ਭਾਜਦੇ ਨਜ਼ਰ ਆਏ ਤੇ ਸ਼ਾਮ ਹੁੰਦਿਆਂ ਤੱਕ ਤਕਰੀਬਨ 60 ਕ ਬੰਦੇ ਯੰਗਸਟਰ ਪੁਲੀਸ ਨੇ ਫੜ ਕੇ ਇਧਰੋਂ ਉਧਰੋਂ ਸਾਰੇ ਗੱਡੀਆਂ ਚ ਬਿਠਾ ਕੇ ਮਟੌਰ ਪੁਲੀਸ ਸਟੇਸ਼ਨ ਤੇ ਜਮਾ ਕਰ ਲਏ ਉਹਨਾਂ ਤੇ ਕੋਈ ਪਰਚਾ ਦਰਜ ਨਹੀਂ ਕੀਤਾ ਉਹਨਾਂ ਨੂੰ ਕੁੱਟਿਆ ਮਾਰਿਆ ਨਹੀਂ ਉਹਨਾਂ ਨੂੰ ਗਾਲਾਂ ਨਹੀਂ ਕਢੀਆਂ ਬਲਕਿ ਉਹਨਾਂ ਦੇ ਮਾਪਿਓ ਨੂੰ ਸੱਦਿਆ ਗਿਆ ਕਿ ਆਜੋ ਤੁਹਾਡੇ ਮੁੰਡੇ ਇੱਥੇ ਬੈਠੇ ਆ ਇਹਨਾਂ ਨੂੰ ਲੈ ਜਾਓ ਤੇ ਇਹਨਾਂ ਨੂੰ ਸਮਝਾਓ ਕਿ ਉਹਦੇ ਕੰਮ ਨਹੀਂ ਕਰਨੇ ਚਾਹੀਦੇ ਉਹਨਾਂ ਸੱਠਾਂ ਕਿ ਮੁੰਡਿਆਂ ਚੋਂ ਬਹੁਤੇ ਜਿਹੜੇ ਕਿ ਉਹ ਆਪਣੇ ਪੰਜਾਬੀ ਸੀ ਤੇ ਥੋੜੇ ਜਿਨੇਤੀ ਰਹੇ ਕੋਈ ਪਰਵਾਸੀ ਮੁੰਡੇ ਵੀ ਸੀਗੇ ਮੈਂ ਆਪ ਤੋਂ ਬਾਹਰ ਆਈ ਹੋ ਜਿਹੜੇ ਸਟੂਡੈਂਟ ਵੀ ਹੋ ਸਕਦੇ ਆ ਤੇ ਵਰਕਰ ਵੀ ਹੋ ਸਕਦੇ ਆ ਪਰ ਕਾਰ ਬੜਾ ਚੰਗਾ ਉਪਰਾਲਾ ਸੀ ਮਟੌਰ ਪੁਲਿਸ ਸਟੇਸ਼ਨ ਦਾ ਮੇਰੀ ਕੋਲ ਅਫਸਰਾਂ ਨਾਲ ਗੱਲ ਵੀ ਹੋਈ ਉਹਨਾਂ ਨੇ ਵੀ ਕਿਹਾ ਕਿ ਅਸੀਂ ਮਾਪਿਓ ਨੂੰ ਇਹ ਦੱਸਣਾ ਚਾਹੁੰਦੇ ਸੀ ਕਿ ਅਸੀਂ ਤੁਹਾਡੇ ਜਵਾਬ ਜਿਹੜੇ ਆ ਉਹ ਫੜ ਕੇ ਬਿਠਾਏ ਆ ਇਹਨਾਂ ਦਾ ਅਗੇ ਫਿਊਚਰ 18 19 20 ਸਾਲ ਹੋਮਾਰਾ ਪੂਰੀ ਜ਼ਿੰਦਗੀ ਸਾਹਮਣੇ ਪਾਈ ਅੱਜ ਅਸੀਂ ਕੋਈ ਪਰਚਾ ਦਰਜ ਕਰਕੇ ਇਹਨਾਂ ਦੇ ਰਿਕਾਰਡ 'ਚ ਖੜਾ ਹੋ ਜਾਣਾ ਸੀ ਕਾਨੂੰਨ ਨੌਕਰੀਆਂ ਮਿਲਣ ਤਕਲੀਫ ਹੋਣੀ ਸੀ ਪੜਾਈ ਤੋਂ ਵਿਗਨ ਪੈਣਾ ਸੀ ਕੋਰਟ ਕਚਹਿਰੀ ਦੇ ਚੱਕਰ ਕੱਟਣੇ ਪੈਣੇ ਸੀ ਨਾਲ ਦੀ ਨਾਲ ਘਰ ਦੇ ਆ ਦਾ ਨਾਮ ਫੈਮਿਲੀ ਦਾ ਨਾਮ ਪਰਿਵਾਰ ਦਾ ਨਾਮ ਵੀ ਸੱਤੇ ਚਾਰ ਜਾਂਦਾ ਇਹ ਬੜਾ ਚੰਗਾ ਉਪਰਾਲਾ ਮੈਂ ਬੜਾ ਬਹੁਤ ਕਟ ਤਰੀਕ ਕਰਦਾ ਪੁਲਿਸ ਦੇ ਕੰਮ ਕਾਜ ਦੇ ਪਰ ਅਜਿਹ ਤਰੀਕੇ ਨਾਲ ਉਹਨਾਂ ਨੇ ਇਹਨੂੰ ਟੈਕਲ ਕੀਤਾ ਇਹ ਤਰ੍ਹਾਂ ਦਾ ਯੋਗਾ ਬਿਲਕੁਲ ਇਤੇ ਤਰ੍ਹਾਂ ਮਰਚੰਡਾਚ ਵੀ ਹੋਇਆ ਮਰਚੰਡਾਚ ਦੋ ਹੱਥ ਸਿਆਜ ਹੋਏ ਇੱਕ ਤਗਾ ਹੱਥਾਂ ਤੇ ਇੱਕ ਮਾਰਾ ਹੱਥਾਂ ਤਗਾ ਹੱਤਾ ਇਹ ਵੀ ਹੋਤੇ ਵੀ ਇਸੇ ਤਰ੍ਹਾਂ ਦੇ ਖਾਹੂ ਬੌਦੇ ਮੁੰਡੇ ਪੁਲਿਸ ਨੇ ਫੜ ਲਏ ਡੀਐਸਪੀ ਸਾਹਿਬ ਖੁਦ ਮੌਜੂਦ ਸੀਗੇ ਮੌਕੇ ਤੇ ਉਹਨਾਂ ਨੇ ਉਹਨਾਂ ਨੂੰ ਸਮਝਾਇਆ ਬੜਾ ਲੱਭਾ ਚੋੜਾ ਲੈਕਚਰ ਦਿੱਤਾ ਕਿ ਪਿਆਰ ਜਿਹੜੇ ਆ ਇਹ ਮਨੌਰ ਲਈ ਹੁੰਦੇ ਆ ਖਾਹੂ ਪਾਉਣ ਲਈ ਨਹੀਂ ਹੁੰਦੇ ਉਹਨਾਂ ਨੇ ਉਹਨਾਂ ਨੂੰ ਸਿਖਾਇਆ ਪਬਲਿਕ ਬੈਡ ਕਾਕੜਾਈਆਂ ਤੇ ਨਾਲ ਦੀ ਨਾਲ ਉਹਨਾਂ ਨੂੰ ਸਿਖਾਇਆ ਵੀ ਦਿੱਤੀ ਕਿ ਉਹ ਜੇ ਕੰਮ ਨਾ ਕਰਿਆ ਕਰੋ ਇਹ ਤੁਹਾਡੀ ਉਮਰ ਨਹੀਂ ਤੇ ਨਾਲ ਦੀ ਨਾਲ ਖੜੜੇ ਇੱਕ ਇੱਕ ਮੋਟਰਸਾਈਕਲ ਤੇ ਤਿੰਨ ਤਿੰਨ ਚਾਰ ਚਾਰ ਬੰਦੇ ਲਛੇ ਦੀ ਹਾਲ ਭਜੇ ਫਿਰਦੇ ਆ ਮੋਟਰਸਾਈਕਲ ਭਜਾਉਂਦੇ ਆਪਣੀਆਂ ਮੋਡੀਫਾਈਡ ਕੀਤੀਆਂ ਕਾਰਾਂ ਜੀਪਾਂ ਲੈ ਕੇ ਉਸ ਹਾਰੇ ਭਾਰੇ ਖਰ ਫਲਾਈ ਓਵਰ ਦੇ ਥੱਲੇ ਉਹਨਾਂ ਨੂੰ ਵੀ ਜਨਾਜ਼ਾ ਚਲਾਨ ਵੜਦਾ ਸੀ ਚਲਾਨ ਕਟਿਆ ਅਰੈਸਟ ਕਿਸੇ ਨੇ ਕੀਤਾ ਫੜਿਆ ਕਿਸੇ ਨੇ ਮਾਰਕੁੱਟ ਕਿਸੇ ਨਾਲ ਨਹੀਂ ਕੀਤੀ ਉੱਤੇ ਵੀ ਇੱਕ ਪਲੀਟ ਆਫੀਸਰ ਯੂਨੀਫਾਰਮ ਉਹਨਾਂ ਨੂੰ ਲੈਕਟਰ ਦੰਦਿਆ ਨਜ਼ਰ ਆ ਰਿਹਾ ਕਿ ਸਾਡਾ ਮਕਸਦ ਤੁਹਾਨੂੰ ਤੰਗ ਕਰਨਾ ਨਹੀਂ ਆ ਪ੍ਰਤੀਤੀ ਆਪਣੀਆਂ ਹਰਕਤਾਂ ਤੋਂ ਬਾਜ਼ ਆਓ ਤੋ ਇਹ ਉਹ ਦੇ ਸੀਨ ਪੂਰੇ ਪੰਜਾਬ ਚ ਦੇਖਣ ਨੂੰ ਮਿਲੇ। ਔਰ ਅੱਜ ਦੂਜੇ ਦਿਨ ਅਗਰ ਸੀਨ ਦੀ ਗੱਲ ਕਰੀਏ। ਅੱਜ ਦੂਜੇ ਦਿਨ ਵੀ ਸਤਲੁਜ ਨਦੀ ਦੇ ਪੱਟ ਚੋਂ ਕਰੋੜਾਂ ਰੁਪਏ ਦੀ ਸ਼ਰਾਬ ਹੋਰ ਮਿਲੀ ਐ। ਹੁਣ ਡਰੋਨਾਂ ਲਗਾ ਦਿੱਤੀਆਂ ਗਈਆਂ ਨੇ ਜਿਹੜੀਆਂ ਸੈਂਸਰ ਨਾਲ ਲੱਗਿਆ ਹੁੰਦੇ, ਉਹ ਸੈਂਸਰ ਲੱਗਿਆ ਹੁੰਦਾ। ਉਹਦੇ ਨਾਲ ਉਹ ਲੱਭਣ ਦੀ ਕੋਸ਼ਿਸ਼ ਕਰ ਰਹੇ ਆ। ਕਿ ਸ਼ਰਾਬ ਕਿੱਥੇ ਕਿੱਥੇ ਉਸ ਪਾਣੀਆਂ ਚ ਦੱਬੀ ਹੋਈ ਹੈ ਤੇ ਨਾਲ ਦੀ ਨਾਲ ਸ਼ਰਾਬ ਸੁੰਘਣ ਵਾਲੇ ਡੌਗਸ ਪੁਆਰ ਦਾ ਇਸਤੇਮਾਲ ਕੀਤਾ ਜਾ ਰਿਹਾ ਅੱਜ ਕੱਲੇ ਫਰੋਮਪੁਰ ਜ਼ਿਲ੍ਹੇ 2.5 ਕਰੋੜ ਤੋਂ ਜ਼ਿਆਦਾ ਦਾ ਲਾੜ ਪੜਿਆ ਆ ਗਿਆ ਫਿਰ ਮਤਲਬ ਇੰਨੇ ਵੱਡੇ ਲੈਵਲ ਤੇ ਸ਼ਰਾਬ ਪੰਜਾਬ ਚ ਵੱਲ ਰਹੀ ਆ ਔਰ ਕਿਤੇ ਸਾਡੇ ਆਪਕਾਰੀ ਅਧਿਕਾਰੀ ਨੂੰ ਖਬਰ ਤੱਕ ਨਹੀਂ ਇਹ ਕਾਣੀਆਂ ਗੱਲਾਂ ਨੇ ਖਬਰ ਸਭ ਹੁੰਦੀ ਆ ਅਜੇ ਵੀ ਸ਼ਰਾਬ ਇੰਨੀ ਪੜੀ ਗਈ ਲੇਕਿਨ ਉਹ ਬਣਾਉਣ ਵਾਲੇ ਅਜੇ ਤੱਕ ਪੜੇ ਨਹੀਂ ਗਏ ਗੁਰਦਾਸਪੁਰ ਦੇ ਕੁਝ ਪਿੰਡਾਂ ਚ ਘਰਾਂ ਘਰ ਚ ਪੁਲਿਸ ਨੇ ਛਾਪੇ ਮਾਰੇ ਹਜ਼ਾਰਾਂ ਲੱਖਾਂ ਲੀਟਰ ਲਾਰ ਘਰਾਂ ਚੋਂ ਮਿਲਿਆ ਘਰਾਂ ਚ ਲੋਕਾਂ ਨੇ ਪੱਟੀਆਂ ਲਾਈਆਂ ਹੋਈਆਂ ਉਹ ਪੁਲਿਸ ਵਾਲੇ ਢੋਲ ਦੇ ਦਿਖਾਈ ਦੇ ਰਹੇ ਕੀ ਬਣੂ ਪੰਜਾਬ ਦਾ ਪਹਿਲਾਂ ਤਾਂ ਉੜਦਾ ਪੰਜਾਬ ਕਹਿੰਦੇ ਸੀ ਚਿੱਟਾ ਪੰਜਾਬ ਕਹਿੰਦੇ ਸੀ ਹੁਣ ਕੀ ਕਹਿਣਗੇ ਸ਼ਰਾਬੀ ਪੰਜਾਬ ਲਾਣ ਪੰਜਾਬ ਕੀ ਕਹਾਗੇ ਇਹ ਸਾਡੇ ਸਾਰੇ ਆਲੇ ਸ਼ਰਮ ਦੀ ਗੱਲ ਹੈ ਕਲੈਕਟਿਵ ਰਿਸਪਾਂਸਿਬਿਲਟੀ ਹੈ ਸਾਡੇ ਗੁਆਂਢ ਦਾਰੂ ਬਣਦੀ ਹੈ ਤੇ ਗੁਆਂਢੀ ਪੁਲਿਸ ਨੂੰ ਇਨਫਾਰਮ ਨਹੀਂ ਕਰ ਸਕਦਾ ਕਿ ਇੱਥੇ ਕੰਮ ਹੁੰਦਾ ਇਹਨੂੰ ਰੋਕੋ ਠਾਪਾ ਮਾਰੋ ਜੇ ਪੁਲਿਸ ਐਕਸ਼ਨ ਨਹੀਂ ਲੈਂਦੀ ਉਦੀ ਸ਼ਿਕਾਇਤ ਕਰੋ ਉੱਪਰਲੇ ਕੋਲੇ ਜੇ ਕੋ ਨਹੀਂ ਤੁਰਦਾ ਫੇਰ ਮੀਡੀਆ ਤੱਕ ਜਾਓ ਪਰ ਗਾਂ ਦੀ ਗਾਂ ਦੀ ਤੋੜਦੇ ਅਸੀਂ ਦੁਸ਼ਮਣੀ પાਕੇ ਕੀਲਾਣਾ ਸ਼ਰਾਬ ਦਾ ਕੇਸ ਅਤੀ ਜਨ ਰਮਾਨਤ ਹੋ ਜਾਣੀ ਆ ਪਰ ਉਹ ਨਹੀਂ ਸਮਝਦੇ ਕਿ ਇਸ ਤਰ੍ਹਾਂ ਕਰਦੇ ਕਰਦੇ ਜਦੋਂ ਕਿਤੇ ਅਣਗਹਿਲੀ ਹੋ ਜੇ ਤਾਂ ਫੇਰ ਬੰਦਿਆਂ ਦੀ ਮੌਤ ਹੋ ਜਾਂਦੀ ਅਗਲੀ ਮਟ ਹਿਲਡੇਜ ਪੀ ਸੀ ਆਰ ਵਹਿਣ ਵਾਲਿਆਂ ਨੇ ਇੱਕ ਔਰਤ ਦੀ ਗੱਡੀ ਰੋਕ ਲਈ ਜਿਹਦੇ ਚੱਗੇ ਬੈਠੇ ਬੰਦਿਆਂ ਨੇ ਬੈਲਟ ਨਹੀਂ ਟੀ ਲਾਈ ਇੰਨੀ ਗੱਲ ਤੋਂ ਉਹ ਔਰਤ ਨੇ ਉਹ ਹੰਗਾਮਾ ਕੀਤਾ ਰਾਤ ਦਾ ਸਮਾਂ ਸੀ ਆਂਟੀ ਕੋਂਟੀ ਵੀ ਕੱਟੇ ਹੋਏ ਰੈ residential area ਪੁਲਿਸ ਵਾਲੇ ਗੱਡੀ ਤੇ ਬੋਨਰ ਤੇ ਆਪਣੇ ਕਾਗਜ਼ ਰੱਖ ਕੇ ਚਲਾਨ ਦੀ ਕਾਰਵਾਈ ਪੂਰੀ ਕਰ ਰਹੇ ਆ ਤੇ ਇਹ ਔਰਤ ਇਹ ਗਾੜਾਂ ਤੱਕ ਕੱਢੀਆਂ ਇਹ ਨਹੀਂ ਮੈਨੂੰ ਬਰਤੰਡਾ ਨਹੀਂ ਮੈਨੂੰ ਪੂਰਾ ਪੰਜਾਬ ਜਾਣਦਾ ਪਤਾ ਲੱਗਿਆ ਕਿ ਉਹ ਸ਼ਿਵ ਸੈਨਾ ਦੀ ਸ਼ਿਵ ਸੈਨਾ ਦੇ ਬੜੇ ਸਾਰੇ ਫੈਕ ਬੜੀਆਂ ਔਤਰੀਆਂ ਜਾਤਾਂ ਪ੍ਰਜਾਤਾ ਬਣੀਆਂ ਹੋਈਆਂ ਉਹਨੀਆਂ ਸੰਸਥਾਵਾਂ ਕੋਈ ਸ਼ਿਵ ਸੈਨਾ ਤਾਂ ਮਹਾਰਾਸ਼ਟਰਾ ਦੀ ਸ਼ਿਵ ਸੈਨਾ ਨਾਲ ਜੁੜੀ ਹੋਈ ਹੈ ਕੋਈ ਸ਼ਿਵ ਸੈਨਾ ਸ਼ਿਵ ਦੇ ਮਹਾਰਾਜ ਦੇ ਨਾਲ ਤੇ ਸ਼ਿਵ ਸੈਨਾ ਨਾਲ ਆਰਾ ਕਰਿਆ ਉਸ ਹਰਤ ਨੇ ਕੋਈ ਇਨਾ ਗੁੱਸਾ ਕੀਤਾ ਆਪਣੀ ਸਾੜੇ ਤੇ ਕਿ ਤੁਹਾਡੀ ਹਿੰਮਤ ਕਿਵੇਂ ਹੋਈ ਕਿ ਤੁਸੀਂ ਮੇਰਾ ਚਲਾਨ ਕੱਟਦਾ ਨਾਲ ਜੀ ਨਾਲ ਦਾਮ ਲਾਇਆ ਕਿ ਮੇਰੇ ਇੱਥੇ ਖੜੇ ਖੜੇ 10 ਗੱਡੀਆਂ ਨੰਗੀਆਂ ਜਿਨ੍ਹਾਂ ਤੇ ਕਿਤੇ ਨੇ ਬੈਲਟ ਨਹੀਂ ਚਲਾਈ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਮੈਂ ਦਾਤ ਦਊਗਾ ਉਸ ਪੁਲਿਸ ਦੇ ਤੇ ਮੇਰੇ ਅਫਸਰਾਂ ਵੀ ਜਿਹੜੇ ਇਸ ਕਾਰਵਾਈ ਨੂੰ ਅੰਜਾਮ ਦੇ ਰਹੇ ਸੀ ਉਹਨਾਂ ਨੇ ਕੋਈ ਗੁੱਸਾ ਨਹੀਂ ਕੀਤਾ ਉਹਨਾਂ ਨੇ ਕੋਈ ਉੱਚੀ ਆਵਾਜ਼ ਨਹੀਂ ਕੀਤੀ ਪਰ ਇਹ ਤੌਰਤ ਨੇ ਕੋ ਕਦਰ ਨਹੀਂ ਝਾੜੀ ਉਹਨਾਂ ਨੂੰ ਪਰਵੋਕ ਕਰਨ ਦੀ ਆਪਣਾ ਟੈਲੀਫੋਨੀ ਕਮਾਇਆ ਕਈਆਂ ਨੂੰ ਫੋਨ ਕੀਤੇ ਹੋਣੇ ਆ ਪਰ ਕਿਸੇ ਨੇ ਸ਼ਾਇਦ ਉਹਦੀ ਗੱਲ ਗੌਲ ਹੀ ਨਹੀਂ ਮਾਰੀ ਗੱਲਾਂ ਤੁਸੀਂ ਆਪਣੇ ਆਪ ਨੂੰ ਸੂਬਾ ਪ੍ਰਧਾਨ ਕਹਨੇ ਹੋ ਇੱਕ ਪਾਰਟੀ ਭਾਵੇਂ ਉਹਦਾ ਕੋਈ 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 ਲੈਣ ਦੇਣ ਹੋਵੇ ਨਾ ਹੋਵੇ ਕੋਈ ਪੁੱਛਦਾ ਹੋਵੇ ਨਾ ਪੁੱਛਦਾ ਹੋਵੇ ਕੋਈ ਦਾ ਸੰਗਿਆਨ ਲੈਂਦਾ ਹੋਵੇ ਨਾ ਲੈਂਦਾ ਹੋਵੇ ਆਪਣੇ ਬੋਲ ਕਹਿੰਦਾ ਮੈਨੂੰ ਸਾਰਾ ਪੰਜਾਬ ਜਾਣਦਾ ਤੁਸੀਂ ਨਹੀਂ ਮੈਨੂੰ ਜਾਣਦੇ ਮੈਂ ਕੌਣ ਆ ਨਾ ਸਿਰ ਤੇ ਚੁੰਨੀ ਨਾ ਬਦਨ ਤੇ ਪੱਲਾ ਮੜੀਆਂ ਅਜੀਵਾਰ ਕਤਾ ਕੀਤੀਆਂ ਉਸਔਰਤ ਨੇ ਇਹ ਚੰਗੀ ਗੱਲ ਨਹੀਂ ਜਦੋਂ ਤੁਸੀਂ ਇੱਕ ਸੱਤ ਸਥਾਨ ਨੂੰ 리ਡ ਕਰ ਪਿਓ ਮੇਲੋਂ ਕਰ ਬਿਓ ਰਿਹਾ ਆਪਣੇ ਆਪ ਨੂੰ ਸੁੰਬਾ ਪ੍ਰਧਾਨ ਕਹਨੇ ਹੋ ਤੁਹਾਨੂੰ ਆਪਣੀ ਭਾਸ਼ਾ ਤੇ ਵੀ ਕੰਟਰੋਲ ਰੱਖਣਾ ਚਾਹੀਦਾ ਖਾਸ ਤੌਰ ਤੇ ਲੇਡੀਜ਼ ਨੂੰ ਔਰ ਪੁਲਿਸ ਵਾਲੇ ਯੂਨੀਫਾਰਮਸ ਨੇ ਆਪਣੀ ਡਿਊਟੀ ਨਿਭਾ ਰਹੇ ਆ ਜਦੋਂ ਤੁਹਾਡਾ ਚਲਾਨ ਕਾਟੇ ਚੋ ਵੀ ਦੋ ਘਟੀਆਂ ਨੱਕ ਵੀ ਗਈਆਂ ਹੋਣੀਆਂ ਜਿਨ੍ਹਾਂ ਚ ਕਿਤੇ ਨਹੀਂ 벨ਟ ਨਹੀਂ ਲਾਈ ਹੋਣੀ ਜਾਂ ਹੋਰ ਕੋਈ ਕੋਤਾਹੀ ਕੀਤੀ ਹੋਣੀ ਆ ਪਰ ਪੁਲਿਸ ਤੇ ਇਹ ਇਲਜ਼ਾਮ ਲਾਈ ਜਾਣਾ ਕਿ ਦੇਖੋ ਇੱਕ ਗੱਡੀ ਹੋਰ ਲੰਘ ਗਈ ਚਾਰ ਗੱਡੀਆਂ ਲੰਘੀਆਂ ਉਹ ਜਦੋਂ ਇੱਕ ਏਸ ਨਾਲ ਦੇ ਟੱਣ ਗਏ ਤਾਂ ਦੂਜੇ ਵਾਲ ਦੀ ਕਣਗੇ ਔਰ ਤੁਸੀਂ ਉਹਨਾਂ ਨੂੰ ਕਨਫਿਊਜ਼ ਕੀਤਾ ਉਹ ਵਿਚਾਰੇ ਕਦੇ ਆਪਣੇ ਕਾਗਜ਼ਾਂਵ ਦੇਖਦੇ ਤਾਂ ਟੋਰਚ ਲੈ ਕੇ ਉਹ ਇੱਕ ਆਦਮੀ ਟੋਰਚ ਲੈ ਕੇ ਖੜਾ ਇੱਕ ਆਦਮੀ ਚਲਾਨ ਕੱਟ ਰਿਹਾ ਇੱਕ ਆਦਮੀ ਨਾਲ ਹੋ ਰੱਖੀ ਲਈ ਖੜਾ ਇੱਕ ਮੋਟਰਗੱਡਾ ਖੜਾ ਇੱਕ ਆਦਮੀ ਮੋਟਰਸਾਈਕਲ ਲੈ ਕੇ ਕਾਰ ਦੇ ਸਾਹਮਣੇ ਖੜਾ ਤਾਕੇ ਕਿਤੇ ਕਾਰ ਭਜਾ ਕੇ ਲਿਜਾਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਸੋ ਦੋਸਤੋ ਇਹ ਵਰਤਾਰਾ ਠੀਕ ਨਹੀਂ ਹੈ ਉਸ ਤੋਂ ਬਾਅਦ ਇੱਕ ਵਾਰੀ ਫੇਰ ਵਾਪਸ ਆਨੇ ਆਮ ਆਦਮੀ ਪਾਰਟੀ ਦੀ ਸਤਿਕਾਰ ਹੈ ਅਜੇ ਦਿੱਲੀ ਤੋਂ ਕੁਝ ਖਬਰਾਂ ਮੰਤਨ ਦੇ ਸਾਹਮਣੇ ਆ ਰਹੀਆਂ ਕਿ ਆਮ ਆਦਮੀ ਪਾਰਟੀ ਦੀ ਸਤਿਕਾਰਾ ਰaddo ਹੋ ਸਕਿਆ ਇਹ ਉਹ ਜੀ ਦੋ ਉਕਾਰਨ ਹੈ ਇਕਤਾਂ ਕੇਜੜੀ ਵਾਲਦੇ ਤੇ ਈਡੀ ਦੀ ਰਿਪੋਰਟ ਮੰਨਦਾਈ ਕੇਜੜਾ ਸ਼ਰਾਬ ਘਟਾਲੇ ਦਾ ਪੈਸਾ ਇਕੱਠਾ ਕੀਤਾ ਗਿਆ ਇਹ ਗੁਜਰਾਤ ਦੀਆਂ ਚੋਣਾਂ 'ਚ ਖਰਚ ਕੀਤਾ ਗਿਆ ਇਹਦਾ ਮਤਲਬ ਜਿਹੜਾ ਇੱਕ ਕਰਾਈਂ ਚੋਂ ਕਮਾਇਆ ਹੋਇਆ ਪੈਸਾ ਜਿਹਨੂੰ ਈਡੀ ਦੀ ਪਰਿਵਰਾਛਾਤ ਪ੍ਰੋਸੀਡ ਆਫ ਕ੍ਰਾਈਮ ਕਹਿੰਦੇ ਆ ਉਹ ਪੈਸਾ ਚੋਨਾ ਤੇ ਲਾਇਆ ਗਿਆ ਤੇ ਇਹਦਾ ਮਤਲਬ ਜਿਹੜਾ ਪੈਸਾ ਚੋਨਾ ਤੇ ਖਰਚ ਕੀਤਾ ਗਿਆ ਉਹਦੇ ਤੇ ਤੁਹਾਡੇ ਤੇ ਐਕਸ਼ਨ ਹੋ ਸਕਦਾ ਉਹ ਵਣ ਮੰਗ ED ਤਾਂ ਕਰਨੀ ਸਕਦੀ ਹੈ ਕਿਹਨੇ ਸੱਚਿਆ ਰੱਬ ਕੋ ਉਹ ਆਪਣਾ ਇਲਜ਼ਾਮ ਲਾ ਦੇਣਗੇ ਇਸ ਕੇਸ ਤੇ ਉਦੋਂ ਬਾਅਦ ਇਲੈਕਸ਼ਨ ਕਮਿਸ਼ਨ ਇਹਨਾਂ ਦੀ ਇਹ ਜਿਹੜੀ ਰਾਸ਼ਟਰੀ ਸਭਾ ਸਥਾਪਨਾ ਹੈ ਪਿਛਲੇ ਅਲਕਸ਼ਨਾਕ ਆਮ ਆਦਮੀ ਪਾਰਟੀ ਨੂੰ ਇੱਕ ਰਾਸ਼ਟਰੀ ਰਾਜ ਪਾਰਟੀ ਦਾ ਮਿਲਿਆ ਸੀ ਰੈਕਗਨੀਸ਼ਨ ਮਿਲੀ ਸੀ ਜੋਨਾਂ ਦੀ ਵੋਟ ਪਰਸਨ ਜਿਹੜੀ ਸੀ ਐਨੇ ਰਾਜਾਂ ਚੋਣੀ ਚਾਹੀਦੀ ਐਨੇ ਪਰਸ ਚੋਣੀ ਚਾਹੀਦੀ ਉਹ ਕਲਟੀਰੀਆ ਪੂਰਾ ਕਰ ਲਿਆ ਤੇ ਉਹਦੇ ਹਿਸਾਬ ਨਾਲ ਸਭ ਤੋਂ ਵੱਡਾ ਫਾਇਦਾ ਪਾਰਟੀਆਂ ਨੂੰ ਇਹ ਹੁੰਦਾ ਕਿ ਜਿੱਥੇ ਕਿਤੇ ਵੀ ਉਹਨਾਂ ਦਾ ਉਮੀਦਵਾਰ ਖੜਾ ਹੋਊਗਾ ਉਹਦਾ ਸਿੰਬਲ ਜਿਹੜਾ ਉਹ ਉਹੀ ਰਹਦਾ ਰਾਸ਼ਟਰੀ ਪਾਰਟੀ ਦਾ ਸਿੰਬਲ ਦੂਜੇ ਪਾਸੇ ਜਦੋਂ ਨੀਆ ਰੀਜਨਲ ਪਾਰਟੀਆਂ ਹੁੰਦੀਆਂ ਉਹਨਾਂ ਦਾ ਸਿੰਬਲ ਖਾਲੀ ਉਹਨਾਂ ਦੇ ਆਪਣੀ ਸਟੇਟ 'ਚ ਹੁੰਦਾ ਰੀਜਨ 'ਚ ਹੁੰਦਾ ਉਹ ਤੋਂ ਬਾਹਰ ਜਾ ਕੇ ਕਿਤੇ ਉਹ ਇਲੈਕਸ਼ਨ ਲੜਦੇ ਆ ਤਾਂ ਉਹਨਾਂ ਨੂੰ ਨਵਾਂ ਸਿੰਬਲ ਲੈਣਾ ਪੈਂਦਾ ਅਜੋ ਨਿਸ਼ਾਨ ਜਿਹਨੂੰ ਆਪਾਂ ਕਹਿੰਦੇ ਨੇ ਤੁਹਾਨੂੰ ਇਹ ਵੀ ਯਾਦ ਹੋਊਗਾ ਕਿ ਅਜੋ ਕੁਝ ਮਹੀਨੇ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਦੇ ਦੂਜੇ ਨਤਾਮਾਂ ਤੇ ਇਹ ਇਲਜ਼ਾਮ ਲੱਗੇ ਕਿ ਸੁਪਰੀਮ ਕੋਰਟ ਤੱਕ ਕੇਸ ਗਿਆ ਸੀ ਉੱਥੇ ਸੁਪਰੀਮ ਕੋਰਟ ਨੇ ਸਵਾਲ ਕੀਤਾ ਸੀ ਇਹੜੀ ਨੂੰ ਕਿ ਅਗਰ ਤੁਹਾਡੀ ਗੱਲ ਮੰਨੀ ਹੈ ਕਿ ਆਮ ਆਦਮੀ ਪਾਰਟੀ ਨੇ ਇਹ ਪੈਸਾ ਜੋ ਪ੍ਰਸੀਡਸ ਆਫ ਕਰਾਈਮ ਹੈ ਉਹ ਇਹਨਾਂ ਨੇ ਅੱਗੇ ਇਲੈਕਟੋਰਲ ਗੇਮਸ ਲਈ ਖਰਚ ਕੀਤਾ ਚੋਣਾਂ ਵੀ ਫਾਇਦੇ ਲਈ ਖਰਚ ਕੀਤਾ ਤੇ ਤ੍ਰੁਤੀ ਇਹਨਾ ਤੇ ਐਕਸ਼ਨ ਕਿਉਂ ਨਹੀਂ ਲੈਂਦੇ ਕੀ ਉਹ ਸਾਰੀਆਂ ਚੋਣਾ ਕੀ ਉਹ ਸਾਰੇ ਨਤੀਜੇ ਰੱਦ ਕਰਨ ਕਰ ਦੇਣੇ ਚਾਹੀਦੇ ਇੱਕ ਸਵਾਲ ਪੁੱਛਿਆ ਸੀ ਸੁਪਰੀਮ ਕੋਰਟ ਨੇ ਆਜ ਮੈਨੂੰ ਕਿਤੇ ਨਾ ਕਿਤੇ ਲੱਗਦਾ ਉਹ ਸਵਾਲ ਦੁਬਾਰਾ ਖੜਾ ਹੋ ਰਿਹਾ ਉਹ ਜੋ ਈਡੀ ਔਰ ਕੇਂਦਰ ਸਰਕਾਰ ਔਰ ਚਨਾਬ ਕਮਿਸ਼ਨ ਇਹਨਾਂ ਨੇ ਕੋਈ ਜਿਆਦਾ ਆ ਰਿਐਕਟ ਨਹੀਂ ਕੀਤਾ ਇਸ ਕਮੈਂਟ ਪਰ ਹੁਣ ਸ਼ਾਇਦ ਲੱਗਦਾ ਕਿ ਹੋ ਸਕਦਾ ਕਿ ਆਮ ਆਦਮੀ ਪਾਰਟਾਈ ਦੀ ਨੈਸ਼ਨਲ ਰੈਕਗਨੀਸ਼ਨ ਜਿਹੜੀ ਆ ਉਹ ਕੈਂਸਲ ਕਰ ਦਿੱਤੀ ਜਾਵੇ ਉਹ ਨਾਲ ਨੁਕਸਾਨ ਇਹ ਹੋਊਗਾ ਕਿ ਪੰਜਾਬ ਤੋਂ ਬਾਹਰ ਦਿੱਲੀ ਤੋਂ ਬਾਹਰ ਇਹਨਾਂ ਨੂੰ ਹਰ ਵਾਰੀ ਆਪਣਾ ਕੋਈ ਨਾਮਾ ਕੋਈ ਸਿੰਬਲ ਲੈਣਾ ਪਊਗਾ ਅਰਥ ਸਟੇਟ ਵੀ ਲਾਣਾ ਪੈ ਸਕਦਾ ਤੇ ਝਾੜੂ ਜਿਹੜਾ ਉਹ ਆਊਟ ਹੋ ਸਕਦਾ ਨਾ ਮਾ ਕੋਈ ਚੋਣ ਚ ਨਾ ਲੈ ਕੇ ਇਲੈਕਸ਼ਨ ਲੜਨੀ ਪਵੇਗੀ ਇੰਡੀਪੈਂਡੈਂਟ ਕੈਂਡੀਡੇਟਸ ਨੂੰ ਆਪਣਾ ਆਪਣਾ ਚੈਨ ਲੈਣਾ ਪਊਗਾ ਪਾਰਟੀ ਦੇ ਚੈਨ ਥਲੇ ਸੇ ਲੜਨੀ ਨਹੀਂ ਸਕਦੇ ਉਥੇ ਇਹ ਹੋਊਗਾ ਕਿ ਜਿਹੜਾ ਪ੍ਰੀਤਕੋਟ ਤੋਂ ਇਲੈਕਸ਼ਨ ਲੜ ਰਿਹਾ ਉਹਦਾ ਚੰ ਕੋ ਹੋਰ ਹੋਊਗਾ ਜਿਹੜਾ ਗੁਰਦਾਸਪੁਰ ਤੋਂ ਲੜ ਰਿਹਾ ਉਹਦਾ ਵੀ ਹੋਰ ਹੋਊਗਾ ਇਹ ਇਹ ਹੋਲੀ ਕੁਝ ਗੱਲ ਹੋ ਸਕਦੀ ਆ ਪਰ ਹੋ ਗਈ ਇਹ ਆਮ ਆਦਮੀ ਪਾਰਟੀ ਲਈ ਬਹੁਤ ਵੱਡਾ ਝਟਕਾ ਹੋਊਗਾ ਇਹਦੇ ਨਾਲ ਹੀ ਅਗਲੀ ਗੱਲ ਵੀ ਦੱਸਤੀ ਅੱਜ ਆਮ ਆਦਮੀ ਪਾਰਟੀ ਦੀ ਕੇਂਦਰੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੇ ਹੂਲੀ ਨਹੀਂ ਮੰਨਾਈ ਅਲਗੇ ਮੰਨਾਈ ਸਾਰਿਆਂ ਨੇ ਪਰ ਉਹ ਕਹਿੰਦੇ ਜੀ ਅਸੀਂ ਆਪਣੇ ਸਾਰੇ ਕਾਡਰ ਨੂੰ ਕਿਹਾ ਜੀਣਾ ਦੇ ਫੇਸਬੁੱਕ ਕਾਊਂਟ ਹੈ ਇੰਸਟਾ ਕਾਊਂਟ ਹੈ Instagram ਤੇ ਜਾਂ Twitter ਤੇ ਦੂਸਰੇ X ਜਿਹਨੂੰ ਕਹਿੰਦੇ ਆ ਹਰ ਜਗ੍ਹਾ ਤੇ ਆਪਣੀ ਜਿਹੜੀ ਫੋਟੋ ਐ ਉਹ ਤੁਸੀਂ ਹਟਾ ਲਓ ਉੱਤੇ ਖਾਲੀ ਕੇਦਰੀਵਾਲ ਇੱਕੋ ਸਲਾਖਾ ਨੇ ਪਿੱਛੇ ਖੜਾ ਉਹ ਫੋਟੋ ਲਾਓ ਉਹਨਾਂ ਨੇ ਫੋਟੋ ਰਿਲੀਜ਼ ਕੀਤੀ ਅੱਜ ਕਿ ਆਪਣਾ ਜਿਹੜੀ ਤੁਹਾਡੀ ਡਿਸਪਲੇ ਪਿਕਚਰ ਆ ਜਿਹੜੀ ਤੁਸੀਂ ਆਪਣੀ ਇਹਨਾਂ ਆਕਾਊਂਟ ਤੇ ਸੋਸ਼ਲ ਮੀਡੀਆ ਆਕਾਊਂਟਸ ਤੇ ਚਲਾਉਨੇ ਹੋ ਉਰੀ ਦਾ ਰਾਤ ਆਪਣੀਆਂ ਫੋਟੋਆਂ ਹਟਾ ਕੇ ਕੇਜਰੀਵਾਲ ਦੀਆਂ ਫੋਟੋ ਲਾਓ ਉਹਨਾਂ ਡਾਟਾ ਤਾਂ ਅਵੇਲੇਬਲ ਨਹੀਂ ਹੈ ਕਿ ਕਿੰਨੇ ਕ ਲੋਕਾਂ ਨੇ ਲਾਈ ਕਿੰਨਿਆਂ ਨੇ ਆਪਣੀ ਫੋਟੋ ਹਟਾਈ ਤੇ ਕਿੰਨਿਆਂ ਨੇ ਕੇਜਰੀਵਾਲ ਦੀ ਫੋਟੋ ਲਾਈ ਪਰ ਇਹ ਸਟਾਂਟ ਬਾਜ਼ੀਆਂ ਚੱਲੂ ਹੈ ਇਹ ਸ਼ੁਰੂ ਤੋਂ ਹੀ ਇਹ ਲੱਗਦਾ ਰਿਹਾ ਕਿ ਸਰਕਾਰ ਸਿਰਫ ਸੋਸ਼ਲ ਮੀਡੀਆ ਔਰ ਐਡਵਰਟਾਈਜ਼ਮੈਂਟ ਦੇ ਬੇਸ ਤੇ ਚੱਲਦੀ ਹੈ ਲੋਕਾਂ ਨੂੰ ਆ ਇਸ ਕੇ ਸੰਬੰਧੇ ਲਾਰੇ ਲਪੇ ਲਾ ਕੇ ਇਹ ਇਲਜ਼ਾਮ اپੋਜੀਸ਼ਨ ਪਾਰਟੀਆਂ ਲਾਉਂਦੀਆਂ ਰਹੀਆਂ ਇਹ ਗਰਾਊਂਡ ਲੈਵਲ ਤੇ ਕੰਮ ਘੱਟ ਕਰਦੇ ਆ ਪ੍ਰਚਾਰ ਜ਼ਿਆਦਾ ਕਰਦੇ ਆ ਜਿਵੇਂ ਆਪਾਂ ਕੱਲ ਦੇ ਐਪੀਸੋਡ ਜ਼ਿਕਰ ਕੀਤਾ ਸੀ ਪ੍ਰਚਾਰਤਾ ਮਾਹਲਾ ਕਲੀਨਿਕ ਦਾ ਹੋ ਰਿਹਾ ਪਰ ਇਲਾਜ ਦੀ ਜਗਾ ਮਰੀਜ਼ਾਂ ਦੀ ਗਿਣਤੀ ਵਾਧੀ ਜਾ ਰਹੀ ਆ ਇਹਦਾ ਮਤਲਬ ਕੀ ਹੈ ਤੁਸੀਂ ਆਪੇ ਸਮਝ ਲਓ ਸੋ ਇਹ ਕੁਝ ਗੱਲਾਂ ਜੁੜੀਆਂ ਅੱਜ ਦੇ ਇਸ ਐਪੀਸੋਡ ਨਾਲ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਆਉਣ ਵਾਲੇ ਦਿਨਾਂ 'ਚ ਇਸੇ ਕਰਾਂਦੀਆਂ ਪੰਜਾਬ ਨਾਲ ਜੁੜੇ ਮਸਲੇ ਮੁੱਦੇ ਲੈ ਕੇ ਫਿਰ ਆਜ਼ਰ ਹੋਵਾਂਗੇ ਉਦੋਂ ਤੱਕ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ